ਹਾਂਜੀ ਸਟੂਡੈਂਟਸ, ਅੱਜ ਆਪਾਂ ਅੱਗੇ ਪੜ੍ਹਾਂਗੇ ਫਰਮੈਂਟਰ ਦੀ ਪ੍ਰੋਪਰ ਡਿਟੇਲ। ਫਸਟ ਮੈਂ ਤੁਹਾਨੂੰ ਡਾਇਗ੍ਰਾਮ ਐਕਸਪਲੇਨ ਕਰ ਰਹੀ ਹਾਂ, ਤੁਹਾਨੂੰ ਦਿਖ ਰਿਹਾ ਹੋਣਾ ਇੱਥੇ, ਦਿਸ ਇਜ਼ ਅ ਫਰਮੈਂਟਰ ਵੈਸਲ। ਠੀਕ ਹੈ, ਦੇਖੋ ਇੱਥੇ ਸਭ ਤੋਂ ਉੱਪਰ ਹੈ ਏਸੈਪਟਿਕ ਇਨੋਕੂਲੇਸ਼ਨ ਪਾਈਪ। ਠੀਕ ਹੈ, ਏਸੈਪਟਿਕ ਵਰਡ ਤੁਹਾਨੂੰ ਪਤਾ ਹੀ ਹੋਣਾ ਕਿਉਂ ਯੂਜ਼ ਕਰ ਰਹੇ ਹਾਂ ਆਪਾਂ, ਸਟਰਲਾਈਜੇਸ਼ਨ ਲਈ। ਠੀਕ ਹੈ, ਏਸੈਪਟਿਕ ਇਨੋਕੂਲੇਸ਼ਨ ਪਾਈਪ ਹੈ। ਉਸ ਤੋਂ ਬਾਅਦ ਹੈ ਸਟਰਰ ਸ਼ਾਫਟ ਹੀਅਰ, ਰਾਈਟ। ਇਹਦੇ ਨਾਲ ਨੀਚੇ ਲੱਗੇ ਹੋਏ ਨੇ ਇੰਪੈਲਰਸ, ਸਾਈਡ 'ਤੇ ਲੱਗੇ ਹੋਏ ਨੇ ਬੈਫਲਸ। ਠੀਕ ਹੈ, ਦਿਸ ਇਜ਼ ਵਰਕਿੰਗ ਲੈਵਲ, ਦਿਸ ਇਜ਼ ਏਸੈਪਟਿਕ ਇਨੋਕੂਲੇਸ਼ਨ ਪਾਈਪ, ਦੈਨ ਹੈ ਸਟਰਰ ਸ਼ਾਫਟ ਸੀਲ, ਦੈਨ ਹੈ ਵਰਕਿੰਗ ਲੈਵਲ, ਦੀਜ਼ ਆਰ ਬੈਫਲਸ ਔਨ ਬੋਥ ਸਾਈਡਸ, ਬੈਫਲਸ ਔਨ ਬੋਥ ਸਾਈਡਸ। ਦੈਨ ਸੈਂਪਲਿੰਗ ਪੁਆਇੰਟ ਹੈ, ਠੀਕ ਹੈ, ਦੀਜ਼ ਆਰ ਇੰਪੈਲਰਸ। ਏਅਰ ਸਟਰਲਾਈਜ਼ਡ ਏਅਰ ਇਨ ਲਾਈਨ ਹੈ, ਦੈਨ ਹੈ ਜੀ ਏਅਰ ਸਪਾਰਜਰ। ਉਸ ਤੋਂ ਬਾਅਦ ਇੱਥੇ ਹੈ ਡਰੇਨ ਪੁਆਇੰਟ, ਜਿੱਥੋਂ ਅਸੀਂ ਆਪਣਾ ਜੋ ਫਾਈਨਲ ਪ੍ਰੋਡਕਟ ਹੈ ਉਹ ਬਾਹਰ ਕੱਢਣਾ ਹੈ। ਠੀਕ ਹੈ, ਦਿਸ ਇਜ਼ ਅ ਡਾਇਗ੍ਰਾਮ ਆਫ ਫਰਮੈਂਟਰ ਔਰ ਬਾਇਓਰਿਐਕਟਰ। ਹੀਅਰ ਆਰ ਸਮ ਪੁਆਇੰਟਸ ਜੋ ਆਪਾਂ ਆਲਰੇਡੀ ਬੇਸਿਕ ਫੰਕਸ਼ਨਸ ਔਫ ਫਰਮੈਂਟਰ ਫੋਰ ਮਾਈਕਰੋਬੀਅਲ ਔਰ ਐਨੀਮਲ ਸੈੱਲ ਕਲਚਰ ਆਪਾਂ ਡਿਸਕਸ ਕਰ ਚੁੱਕੇ ਹਾਂ, ਤੁਹਾਨੂੰ ਥੋੜ੍ਹਾ ਓਵਰਵਿਊ ਦੇ ਦਿਨ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਇਹਦੇ ਵਿੱਚ ਵੀ ਸੇਮ ਉਹੀ ਪੁਆਇੰਟਸ ਨੇ ਜੋ ਮੈਂ ਤੁਹਾਨੂੰ ਸਾਰੇ ਦੱਸੇ ਸੀ। ਠੀਕ ਹੈ, ਕਿ ਕਿਹੜੀ ਕਿਹੜੀ ਚੀਜ਼ਾਂ ਦੇ ਲਈ ਉਹ ਕੇਪੇਬਲ ਹੋਣਾ ਚਾਹੀਦਾ, ਤੁਹਾਡਾ ਫਰਮੈਂਟਰ ਵੈਸਲ 'ਚ ਕੀ ਬੇਸਿਕ ਕੁਆਲਿਟੀਜ਼ ਹੋਣੀਆਂ ਚਾਹੀਦੀਆਂ ਜਿਸ ਨਾਲ ਉਹ ਪ੍ਰੋਪਰ ਫੰਕਸ਼ਨਿੰਗ ਕਰ ਸਕੇ, ਆਫਟਰ ਫਰਮੈਂਟੇਸ਼ਨ ਸਾਨੂੰ ਅੱਛਾ ਪ੍ਰੋਡਕਟ ਹੈ ਜੋ ਉਹ ਔਫਰ ਕਰੇ, ਰਾਈਟ। ਕੁਛ ਜਿਹੜੇ ਵੈਸਲਸ ਹੁੰਦੇ ਹੈ ਫਰਮੈਂਟਰ ਵੈਸਲਸ, ਕੁਛ ਦੇ ਵਿੱਚ ਇੰਪੈਲਰਸ ਦੋ ਲੱਗੇ ਹੁੰਦੇ ਆ ਅਤੇ ਕੁਛ ਦੇ ਵਿੱਚ ਮਲਟੀਪਲ ਇੰਪੈਲਰਸ ਲੱਗੇ ਹੁੰਦੇ ਆ। ਦੀਜ਼ ਇੰਪੈਲਰਸ ਆਰ ਰਿਸਪੋਂਸੀਬਲ ਫੋਰ ਮਿਕਸਿੰਗ, ਠੀਕ ਹੈ, ਜਿਸਨੂੰ ਆਪਾਂ ਐਜੀਟੇਸ਼ਨ ਵੀ ਬੋਲਦੇ ਹਾਂ। ਫਿਰ ਕਹਿ ਰਿਹਾ ਕਿ ਏਸੈਪਟਿਕ ਓਪਰੇਸ਼ਨ ਐਂਡ ਕੰਟੇਨਮੈਂਟ, ਏਸੈਪਟਿਕ ਓਪਰੇਸ਼ਨ ਇਨਵੋਲਵਸ ਪ੍ਰੋਟੈਕਸ਼ਨ ਅਗੇਂਸਟ ਕੰਟੈਮੀਨੇਸ਼ਨ ਐਂਡ ਇਟ ਇਜ਼ ਵੈਲ ਅਸਟੈਬਲਿਸ਼ ਐਂਡ ਅੰਡਰਸਟੂਡ ਕੰਸੈਪਟ ਇਨ ਫਰਮੈਂਟੇਸ਼ਨ ਇੰਡਸਟਰੀਜ਼। ਠੀਕ ਹੈ, ਆਪਾਂ ਲਾਸਟ ਲੈਕਚਰ ਦੇ ਵਿੱਚ ਵੀ ਪ੍ਰੋਪਰ ਡਿਸਕਸ ਕਰਿਆ ਸੀ, ਥੋੜ੍ਹਾ ਹੁਣ ਫਿਰ ਤੁਹਾਨੂੰ ਦੱਸ ਦਿੰਦੀ ਹਾਂ। ਜਿੰਨੀਆਂ ਵੀ ਫਰਮੈਂਟੇਸ਼ਨ ਇੰਡਸਟਰੀਜ਼ ਹੁੰਦੀਆਂ ਜਾਂ ਜਦੋਂ ਵੀ ਸਾਡੇ ਬਾਇਓਰੈਕਟਰ ਫਰਮੈਂਟਰ ਦੀ ਗੱਲ ਆਉਂਦੀ ਹੈ, ਜਦੋਂ ਅਸੀਂ ਉਸ 'ਤੇ ਕੰਮ ਕਰਨਾ ਸਟਾਰਟ ਕਰਦੇ ਹਾਂ, ਉੱਥੇ ਮੋਸਟ ਇੰਪੋਰਟੈਂਟ, ਵਨ ਆਫ ਦਾ ਮੋਸਟ ਇੰਪੋਰਟੈਂਟ ਪਾਰਟ ਹੁੰਦਾ ਏਸੈਪਟਿਕ ਓਪਰੇਸ਼ਨ ਔਰ ਪ੍ਰੋਪਰ ਸਟਰਲਾਈਜ਼ਡ ਇਨਵਾਇਰਮੈਂਟ, ਸਟਰਲਾਈਜ਼ਡ ਕੰਡੀਸ਼ਨ ਨੂੰ ਪ੍ਰੋਪਰ ਮੇਨਟੇਨ ਰੱਖਣਾ। ਠੀਕ ਹੈ, ਕਿਉਂ? ਕਿਉਂਕਿ ਅਸੀਂ ਜਦੋਂ ਫਰਮੈਂਟੇਸ਼ਨ ਕਰਦੇ ਹਾਂ, ਫਰਮੈਂਟੇਸ਼ਨ ਦੇ ਵਿੱਚ ਅਸੀਂ ਇੱਕ ਸਪੈਸੀਫਿਕ ਮਾਈਕਰੋ ਔਰਗੇਨਿਜ਼ਮ ਦੇ ਨਾਲ ਵਰਕ ਕਰਦੇ ਹਾਂ, ਸਪੈਸੀਫਿਕ ਮਾਈਕਰੋ ਔਰਗੇਨਿਜ਼ਮ ਨੂੰ ਸਪੈਸੀਫਿਕ ਸਬਸਟਰੇਟ ਦੇ ਕੰਟੈਕਟ 'ਚ ਲਿਆ ਕੇ ਉਸਨੂੰ ਪ੍ਰੋਪਰ ਕੰਡੀਸ਼ਨਸ, ਇਨਵਾਇਰਮੈਂਟਲ ਕੰਡੀਸ਼ਨਸ ਪ੍ਰੋਵਾਈਡ ਕੀਤੀਆਂ ਜਾਂਦੀਆਂ, ਉਸ ਤੋਂ ਬਾਅਦ ਉਹ ਪਰਫੈਕਟ ਨਿਊ ਕੋਈ ਪ੍ਰੋਡਕਟ ਹੈ ਜੋ ਉਹ ਪ੍ਰੋਡਿਊਸ ਕਰਦਾ ਹੈ। ਠੀਕ ਹੈ, ਸਬਸਟਰੇਟ ਨੂੰ ਇੱਕ ਨਿਊ ਫਾਰਮ ਦੇ ਵਿੱਚ ਕਨਵਰਟ ਕਰਦਾ ਜੋ ਫਰਦਰ ਸਾਡੇ ਲਈ ਬੈਨੀਫਿਸ਼ੀਅਲ ਹੁੰਦੀ ਹੈ, ਜਾਂ ਤਾਂ ਉਸਦਾ ਮੈਡੀਸਨਲ ਜਾਂ ਫੂਡ ਇੰਡਸਟਰੀ 'ਚ ਕੁਛ ਨਾ ਕੁਛ ਇੰਪੋਰਟੈਂਟ ਰੋਲ ਹੋਏਗਾ ਉਹ ਪਰਟੀਕੁਲਰ ਪ੍ਰੋਡਕਟ ਦਾ। ਠੀਕ ਹੈ, ਸੋ ਫਰਮੈਂਟੇਸ਼ਨ ਉਹ ਕੀ ਕਹਿ ਰਿਹਾ ਕਿ ਜਿੰਨੀਆਂ ਵੀ ਫਰਮੈਂਟੇਸ਼ਨ ਇੰਡਸਟਰੀਜ਼ ਹੈ ਉਹ ਆਲਰੇਡੀ ਉਹਨਾਂ ਨੂੰ ਪਤਾ ਹੈ, ਅੰਡਰਸਟੂਡ ਕਰਦੀਆਂ ਉਹ ਏਸੈਪਟਿਕ ਓਪਰੇਸ਼ਨ ਦੇ ਕੰਸੈਪਟ ਨੂੰ। ਓਪਰੇਸ਼ਨ ਵਰਡ ਕਿਉਂ ਯੂਜ਼ ਕੀਤਾ? ਏਸੈਪਟਿਕ ਮੀਨਸ ਪ੍ਰੋਪਰ ਸਟਰਲਾਈਜ਼ਡ ਕੰਡੀਸ਼ਨਸ, ਓਪਰੇਸ਼ਨ ਮਤਲਬ ਪ੍ਰੋਪਰ ਸਟਰਲਾਈਜ਼ ਕੰਡੀਸ਼ਨ ਦੇ ਵਿੱਚ ਹੀ ਵਰਕ ਹੋਏਗਾ, ਕਿਉਂਕਿ ਪਰਟੀਕੁਲਰ ਮਾਈਕਰੋ ਆਰਗੇਨਿਜ਼ਮ ਨੇ ਪਰਟੀਕੁਲਰ ਪ੍ਰੋਡਕਟ ਬਣਾਉਣਾ। ਸੋ ਸਾਨੂੰ ਉੱਥੇ ਪ੍ਰੋਪਰ ਸਟਰਲਾਈਜ਼ਡ ਕੰਡੀਸ਼ਨਸ ਪਹਿਲਾਂ ਪ੍ਰੋਵਾਈਡ ਕਰਾਉਣੀਆਂ ਪੈਣਗੀਆਂ, ਐਂਡ ਸੈਕਿੰਡ ਥਿੰਗ, ਪ੍ਰੋਪਰਲੀ ਉਹਨਾਂ ਨੂੰ ਮੇਨਟੇਨ ਕਰਨਾ ਪਊਗਾ ਡਿਊਰਿੰਗ ਹੋਲ ਓਪਰੇਸ਼ਨ ਆਫ ਦਾ ਫਰਮੈਂਟੇਸ਼ਨ ਪ੍ਰੋਸੈਸ, ਰਾਈਟ। ਸੋ ਕੀ ਕਹਿੰਦੇ ਆ ਕਿ ਜਿਵੇਂ ਅਸੀਂ ਕੋਈ ਵੀ ਫਰਮੈਂਟੇਸ਼ਨ ਪ੍ਰੋਸੈਸ ਕਰਨੀ ਹੈ, ਸੋ ਉਸ ਤੋਂ ਪਹਿਲਾਂ ਤੁਹਾਨੂੰ ਮਾਈਕਰੋਜਮ, ਜੋ ਵੀ ਮਾਈਕਰੋ ਆਰਗੇਨਿਜ਼ਮ ਤੁਸੀਂ ਯੂਜ਼ ਕਰਨਾ, ਤੁਹਾਨੂੰ ਉਸਦਾ ਪ੍ਰੋਪਰ ਜਿਹੜੀ ਡਿਟੇਲਡ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ, ਲਾਈਕ ਦਾ ਪੈਥੋਜੈਨਿਸਿਟੀ ਆਫ ਮਾਈਕਰੋ ਆਰਗੇਨਿਜ਼ਮ, virulence level of pathogenicity of microorganism, number of organisms required to initiate an infection, the route of infection, the known incident of infection in the community, and existent locally of vectors and potential reservoirs, okay, amount of volume, then techniques or processes used, ease of prophylaxis and treatment, okay. So ਤੁਹਾਨੂੰ ਪ੍ਰੋਪਰ ਮਾਈਕਰੋ ਆਰਗੇਨਿਜ਼ਮਸ ਦੀ ਜਿਹੜੀ ਹੈ ਉਹ ਡਿਟੇਲ ਹੋਣੀ ਚਾਹੀਦੀ ਹੈ। ਓਕੇ, ਹੁਣ ਤੁਸੀਂ ਸੋਚ ਰਹੇ ਹੋਣੇ ਕਿ ਮੈਮ ਇਹ ਸਭ ਪੈਥੋਜੈਨਿਸਿਟੀ ਵਗੈਰਾ ਕਿੱਥੋਂ ਵਰਡਸ ਆ ਗਏ? ਐਕਚੁਅਲੀ ਕੀ ਹੈ,
ਜਦੋਂ ਇੱਕ ਤਾਂ ਆ ਗਿਆ ਕਿ ਐਸੈਪਟਿਕ ਕੰਡੀਸ਼ਨਸ ਪ੍ਰੋਪਰ ਉੱਥੇ ਤੁਸੀਂ ਮੇਨਟੇਨ ਰੱਖੋਗੇ, ਸੈਕਿੰਡ ਹੈ ਕਿ ਜਦੋਂ ਤੁਹਾਡੀ ਪ੍ਰੋਸੈਸ ਚੱਲ ਰਹੀ ਇਨ ਬਿਟਵੀਨ, ਤੁਸੀਂ ਜਿਵੇਂ ਫੋਰ ਐਗਜ਼ਾਮਪਲ ਸੈਂਪਲਿੰਗ ਵਗੈਰਾ ਕਰਦੇ ਹੋ, ਤੁਹਾਨੂੰ ਉੱਥੇ ਦੇਖਣਾ ਪਏਗਾ ਕਿ ਕੋਈ ਵੀ ਫਰਮੈਂਟੇਸ਼ਨ ਜਦੋਂ ਚੱਲ ਰਹੀ ਉੱਥੇ ਕਿੰਨਾ ਕੁ ਰਿਸਕ ਆਫ ਕੰਟੈਮੀਨੇਸ਼ਨ ਹੋ ਸਕਦਾ। ਠੀਕ ਹੈ, ਅਗਰ ਤੁਹਾਨੂੰ ਉੱਥੇ ਕੋਈ ਕੰਟੈਮੀਨੇਸ਼ਨ ਦੇ ਚਾਂਸਿਸ ਲੱਗਦੇ ਆ, ਦੈਨ ਤੁਸੀਂ ਉਸ ਮਾਈਕਰੋ ਔਰਗੈਨਿਜ਼ਮ, ਜੋ ਵੀ ਤੁਹਾਨੂੰ ਮਾਈਕਰੋ ਔਰਗੈਨਿਜ਼ਮ ਡਾਇਗਨੋਸ ਹੋਇਆ ਉਸ ਮਾਈਕਰੋ ਔਰਗੈਨਿਜ਼ਮ ਦੀ ਤੁਸੀਂ ਪ੍ਰੋਪਰ ਅਸੈਸਮੈਂਟ ਕਰੋਗੇ, ਪ੍ਰੋਪਰ ਉਸਨੂੰ ਚੈੱਕ ਕਰੋਗੇ ਕਿ ਉਹ ਮਾਈਕਰੋ ਔਰਗੈਨਿਜ਼ਮ ਕਿੰਨਾ ਹਜ਼ਾਰਡਸ ਇਨ ਨੇਚਰ ਹੈ, ਕਿਸ ਲੈਵਲ ਦੀ ਉਸਦੀ ਪੈਥੋਜੈਨਿਸਿਟੀ ਹੈ, ਕਿਸ ਲੈਵਲ ਦਾ ਉਹ ਇਨਫੈਕਸ਼ਨ ਹੈ ਜਿਹੜਾ ਉਹ ਕੋਜ਼ ਕਰ ਸਕਦਾ। ਮੀਨਸ ਕੁਛ ਲੈਵਲ ਤੱਕ ਕੁਛ ਮਾਈਕਰੋ ਔਰਗੈਨਿਜ਼ਮਸ ਇੱਦਾਂ ਦੇ ਵੀ ਹੋ ਸਕਦੇ ਆ ਜਿਨ੍ਹਾਂ ਨੂੰ ਅਸੀਂ ਈਜ਼ੀਲੀ ਇਗਨੋਰ ਕਰ ਸਕੀਏ, ਜਿਨ੍ਹਾਂ ਕਰਕੇ ਕੋਈ ਪੈਥੋਜੈਨਿਸਿਟੀ ਲੈਵਲ ਬਹੁਤ ਜ਼ਿਆਦਾ ਹਾਈ ਨਾ ਹੋਵੇ। ਸੋ ਅਗਰ ਕਿਸੇ ਦਾ ਪੈਥੋਜੈਨਿਸਿਟੀ ਲੈਵਲ ਬਹੁਤ ਜ਼ਿਆਦਾ ਹਾਈ ਹੈ, ਕੋਈ ਸਵੀਅਰ ਮਾਈਕਰੋ ਔਰਗੈਨਿਜ਼ਮ ਕਰਕੇ ਤੁਹਾਡੀ ਫਰਮੈਂਟੇਸ਼ਨ ਦੇ ਵਿੱਚ ਕੰਟੈਮੀਨੇਸ਼ਨ ਆਉਂਦੀ ਹੈ, ਸੋ ਉਸਦੇ ਅਕੋਰਡਿੰਗਲੀ ਤੁਹਾਨੂੰ ਟਾਈਮਲੀ ਐਕਸ਼ਨ ਜੋ ਹੈ ਉਹ ਲੈਣਾ ਪਊਗਾ। ਸੋ ਕੀ ਕਹਿ ਰਿਹਾ, ਟੂ ਐਸਟੈਬਲਿਸ਼ ਦਾ ਐਪਰੋਪ੍ਰੀਏਟ ਡਿਗਰੀ ਆਫ ਕੰਟੇਨਮੈਂਟ ਵਿਚ ਵਿਲ ਬੀ ਨੈਸੈਸਰੀ ਟੂ ਗਰੋ ਅ ਔਰਗੈਨਿਜ਼ਮ, ਇਨ ਫੈਕਟ ਦ ਇੰਟਾਇਰ ਪ੍ਰੋਸੈਸ ਮਸਟ ਬੀ ਕੇਅਰਫੁਲੀ ਅਸੈਸਡ ਫੋਰ ਪੋਟੈਂਸ਼ੀਅਲ ਹਜ਼ਾਰਡਸ ਦੈਟ ਕੁਡ ਅਕਰ ਸ਼ੁੱਡ ਦੇਅਰ ਬੀ ਐਕਸੀਡੈਂਟਲ ਰਿਲੀਜ਼। ਮਤਲਬ ਤੁਹਾਨੂੰ ਪ੍ਰੋਪਰ ਫਿਰ ਉਸਦੀ ਇਨ ਡੈਪਥ ਨੌਲੇਜ ਹੋਣੀ ਚਾਹੀਦੀ, ਤੁਹਾਨੂੰ ਪ੍ਰੋਪਰ ਉਸਨੂੰ ਅਸੈਸ ਕਰਨਾ ਪਊਗਾ ਕਿ ਕਿਸ ਲੈਵਲ ਦਾ ਉਹ ਰਿਸਕ ਹੈ, ਕਿਸ ਲੈਵਲ ਦੀ ਉਸਦੇ ਨਾਲ ਪੈਥੋਜੈਨਸਿਟੀ ਹੈ, ਕਿਸ ਲੈਵਲ ਤੱਕ ਦੀ ਉਸਦੇ ਨਾਲ ਇਨਫੈਕਸ਼ਨ ਕੋਜ਼ ਹੋ ਸਕਦਾ, ਕਿਸ ਟਾਈਪ ਦਾ ਇਨਫੈਕਸ਼ਨ ਕੋਜ਼ ਹੋ ਸਕਦਾ, ਇਹ ਸਾਰਾ ਕੁਛ ਫਿਰ ਉਹ ਸੈਕੰਡਰੀ ਜਿਹੜੇ ਹੈ ਤੁਹਾਡੇ ਉਹ ਸਟੈਪਸ ਆ ਜਾਣਗੇ। ਠੀਕ ਹੈ ਜੀ, ਦੇਖੋ ਜਿਵੇਂ ਹੁਣ ਇੱਥੇ ਉਹਨੇ ਦੱਸਤਾ ਕਿ ਪ੍ਰੋਸੈਸ ਔਰਗੈਨਿਜ਼ਮ ਹੈ, ਨੋਨ ਜੈਨੇਟਿਕ ਇੰਜੀਨੀਅਰਿੰਗ ਜੈਨੇਟਿਕਲੀ ਇੰਜੀਨੀਅਰਡ ਮਾਈਕਰੋ ਔਰਗੈਨਿਜ਼ਮ ਹਜ਼ਾਰਡਸ ਗਰੁੱਪ ਹੋ ਗਏ, ਹਾਰਮਲੈਸ ਹੁੰਦੇ ਆ ਕੁਛ, ਠੀਕ ਹੈ, ਸਮਾਲ ਸਕੇਲ ਲਾਰਜ ਸਕੇਲ, ਉਹ ਅਕੋਰਡਿੰਗ ਇਹਨਾਂ ਨੇ ਮਾਈਕਰੋ ਔਰਗੈਨਿਜ਼ਮਸ ਨੂੰ ਕਲਾਸੀਫਾਈ ਕਰਤਾ ਕਿ ਦੇਖਣਾ ਪਊਗਾ ਕਿ ਤੁਹਾਨੂੰ ਕਿਸ ਲੈਵਲ ਦਾ ਉਹ ਮਾਈਕਰੋ ਔਰਗੈਨਿਜ਼ਮ ਹੈ ਜੋ ਤੁਸੀਂ ਉੱਥੇ ਗਰੋ ਕਰ ਰਹੇ ਹੋ ਆਪਣੀ ਫਰਮੈਂਟੇਸ਼ਨ ਕਰਨ ਦੇ ਲਈ। ਠੀਕ ਹੈ, ਜਾਂ ਡਿਊਰਿੰਗ ਪ੍ਰੋਸੈਸ ਤੁਹਾਨੂੰ ਅਗਰ ਕੋਈ ਕ੍ਰੋਸ ਕੰਟੈਮੀਨੇਸ਼ਨ ਕਰਕੇ ਮਾਈਕਰੋ ਔਰਗੈਨਿਜ਼ਮ ਫਾਈਂਡ ਆਊਟ ਹੋ ਰਿਹਾ, ਕਿਸ ਕੁ ਲੈਵਲ ਦਾ ਹੋ ਰਿਹਾ, ਉਹ ਤੁਹਾਨੂੰ ਪ੍ਰੋਪਰ ਜੋ ਹੈ ਨੌਲੇਜ ਹੋਣੀ ਚਾਹੀਦੀ ਹੈ। ਠੀਕ ਹੈ, ਉਸ ਤੋਂ ਬਾਅਦ ਆ ਜਾਂਦਾ ਬੇਸਿਕ ਕੰਸਟਰਕਸ਼ਨ ਇਨ ਫਰਮੈਂਟੇਸ਼ਨ ਵਿਦ ਸਟ੍ਰਿਕਟ ਏਸੈਪਟਿਕ ਰਿਕੁਆਇਰਮੈਂਟਸ, ਇਟ ਇਜ਼ ਇੰਪੋਰਟੈਂਟ ਟੂ ਸਿਲੈਕਟ ਮਟੀਰੀਅਲ ਦੈਟ ਕੈਨ ਵਿਦਸਟੈਂਡ ਰਿਪੀਟਿਡ ਸਟੀਮ ਸਟਰਲਾਈਜੇਸ਼ਨ ਸਾਈਕਲਸ ਔਨ ਅ ਸਮਾਲ ਸਕੇਲ। ਇਟ ਇਜ਼ ਪੋਸੀਬਲ ਟੂ ਯੂਜ ਗਲਾਸ ਔਰ ਸਟੇਨਲੈਸ ਸਟੀਲ ਗਲਾਸ। ਗਲਾਸ ਇਜ਼ ਯੂਜ਼ਫੁਲ ਬਿਕੋਜ਼ ਇਟ ਗਿਵਸ ਸਮੂਥ ਸਰਫੇਸਿਸ and it is non-toxic in nature, corrosion free, and it is usually easy to examine the interior of the vessel. Two basic types of fermenters are used. Number one is a glass vessel with a round or flat bottom and a top flanged carrying plate. Second one is the glass cylinder with stainless steel top and bottom plates. ਠੀਕ ਹੈ, ਜਾਂ ਤਾਂ 100% ਗਲਾਸ ਦਾ ਹੀ ਹੋਵੇ ਜਾਂ ਟੋਪ ਔਰ ਬੋਟਮ ਜੋ ਹੈ, ਜਿਵੇਂ ਇੱਕ ਤਾਂ ਹੈ ਕਿ ਗਲਾਸ ਦਾ ਹੈ ਫਸਟ ਜਿਹੜੀ ਹੈ, ਅ ਗਲਾਸ ਵਿਦ ਰਾਊਂਡ ਔਰ ਫਲੈਟ ਬੋਟਮ ਐਂਡ ਅ ਟੋਪ ਫਲੇਂਜਡ ਕੈਰਿੰਗ ਪਲੇਟ। ਪਲੇਟ ਉਹਦੀ ਡਿਫਰੈਂਟ ਹੋਏਗੀ, ਨੀਚੋਂ ਸਾਰਾ ਉਹ ਗਲਾਸ ਦਾ ਹੋ ਗਿਆ। ਸੈਕਿੰਡ ਟਾਈਪ ਹੋ ਸਕਦਾ ਵਿੱਚੋਂ ਉਹ ਗਲਾਸ ਦਾ ਹੈ, ਉੱਪਰੋਂ ਔਰ ਥੱਲੇ ਤੋਂ ਪ੍ਰੋਪਰ ਉਹ ਸਟੀਲ ਦਾ ਹੈ। ਦੋ ਟਾਈਪ ਦੇ ਜਿਹੜੇ ਹੈ ਬੇਸਿਕ ਫਰਮੈਂਟਰਸ ਦੀ ਸਟਰਕਚਰਸ ਆ ਜਾਂਦੀਆਂ। ਇਹ ਐਕਚੁਅਲ ਜੋ ਪਿਕਚਰ ਤੁਹਾਨੂੰ ਹੈ, ਜੋ ਤੁਸੀਂ ਪਿੱਛੇ ਫਸਟ ਜਿਹੜੀ ਡਾਇਗ੍ਰਾਮ ਦੇਖੀ ਸੀ, ਇਹ ਆਪਾਂ ਜਸਟ ਵੈਸੇ ਵਿਊ ਦਿੱਤਾ ਤੁਹਾਨੂੰ ਕਿ ਕਿਸ ਟਾਈਪ ਦਾ ਹੁੰਦਾ ਹੈ ਫਰਮੈਂਟਰ। ਐਕਚੁਅਲ ਦੇ ਵਿੱਚ ਜਿਹੜਾ ਹੈ ਉਹ ਫਰਮੈਂਟਰ ਇਸ ਟਾਈਪ ਦਾ ਵੈਸਲ ਜਿਹੜਾ ਹੈ ਉਹ ਦਿਖਦਾ। ਠੀਕ ਹੈ, ਫਸਟ ਇਜ਼ ਦਿਸ ਗਲਾਸ ਵੈਸਲ, ਇਹ ਸੈਂਟਰ 'ਚੋਂ ਗਲਾਸ ਹੈ, ਉੱਪਰ ਔਰ ਥੱਲੇ ਤੋਂ ਸਟੀਲ ਹੈ, ਇਹਦੇ ਸਿਰਫ ਉੱਪਰ ਡਿਫਰੈਂਟ ਜਿਹੜੀ ਹੈ ਟੋਪ ਲੱਗੀ ਹੋਈ ਆ ਉਹਨੂੰ। ਨੈਕਸਟ ਆਉਂਦਾ ਇਸ ਤੋਂ ਅੱਗੇ ਲਾਈਕ ਜਿਵੇਂ ਕਿਸ ਕਿਸ ਟਾਈਪ ਦੇ ਜੁਆਇੰਟਸ ਹੋ ਸਕਦੇ ਆ ਵੈਸਲ ਦੇ ਅੰਦਰ, ਜਾਂ ਤਾਂ ਕਹਿ ਰਿਹਾ ਕਿ ਗਲਾਸ ਗਲਾਸ ਦੀ ਜੁਆਇਨਿੰਗ ਹੋ ਸਕਦੀ ਆ, ਗਲਾਸ ਮੈਟਲ ਦੀ ਜਾਂ ਮੈਟਲ ਮੈਟਲ। ਠੀਕ ਹੈ, ਫਸਟ ਜੋ ਟਾਈਪ ਹੈ ਉਸਨੂੰ ਅਸੀਂ ਗੈਸਕਿਟ ਬੋਲਦੇ ਹਾਂ। ਦੋ ਚੀਜ਼ਾਂ ਦੇ ਵਿੱਚ ਇੱਕ ਐਕਸਟਰਾ ਚੀਜ਼ ਐਡ ਕਰਕੇ ਇਹਨਾਂ ਦੋਨਾਂ ਚੀਜ਼ਾਂ ਨੂੰ ਜੋੜਿਆ ਜਾਂਦਾ। ਥਰਡ ਸੈਕਿੰਡ ਦੇ ਵਿੱਚ ਐਲ ਸ਼ੇਪ ਔਰ ਲਿਪ ਸੀਲ ਲੱਗਦੀ ਹੈ, ਐਲ ਲਿਪ ਸੀਲ। ਐਂਡ ਥਰਡ ਇਜ਼ ਓ ਰਿੰਗ, ਥੋੜ੍ਹਾ ਜਿਹਾ ਮਟੀਰੀਅਲ ਯੂਜ਼ ਕਰਕੇ ਦੋ ਚੀਜ਼ਾਂ ਨੂੰ ਜੋੜਿਆ ਜਾਂਦਾ। ਇਹ ਸਾਰਾ ਕੁਛ ਕਿਉਂ ਹੈ? ਦੇਖੋ, ਤੁਹਾਡਾ ਜਿਹੜਾ ਫਰਮੈਂਟਰ ਵੈਸਲ ਹੈ, ਜਿਵੇਂ ਤੁਸੀਂ ਪਿੱਛੇ ਪਿਕਚਰ 'ਚ ਤੁਹਾਨੂੰ ਅਗਰ ਯਾਦ ਹੋਵੇ, ਤੁਸੀਂ ਪੈਕ ਕਰਕੇ ਦੇਖ ਵੀ ਸਕਦੇ ਹੋ, ਉਹਦੇ 'ਚ ਕੀ ਹੈ, ਬਹੁਤ ਸਾਰੀਆਂ ਪ੍ਰੋਬਸ ਲੱਗੀਆਂ ਹੋਈਆਂ।
ਠੀਕ ਹੈ, ਡਿਫਰੈਂਟ ਡਿਫਰੈਂਟ ਪ੍ਰੋਬਸ ਹੈ, ਸਟੀਲ ਔਰ ਗਲਾਸ ਨੂੰ ਆਪਸ 'ਚ ਸੀਲ ਕਰਨਾ, ਸੋ ਉਸਨੂੰ ਪ੍ਰੋਪਰ ਜਿਹੜੀ ਇੱਕ ਪ੍ਰੋਪਰ ਕੰਸਟਰਕਸ਼ਨ ਜਦੋਂ ਅਸੀਂ ਗੱਲ ਕਰਦੇ ਹਾਂ ਫਰਮੈਂਟੋ ਵੈਸਲ ਦੀ, ਤਾਂ ਉਹਨੂੰ ਬਹੁਤ ਸਾਰੇ ਵਿੱਚ ਜੁਆਇੰਟਸ ਲਗਾਉਣੇ ਪੈਂਦੇ ਆ, ਸੋ ਬੇਸਿਕਲੀ ਇਹ ਤਿੰਨ ਤਰ੍ਹਾਂ ਦੇ ਜੁਆਇੰਟਸ ਹੈ ਜਿਹੜੇ ਫਰਮੈਂਟਰਸ ਜਾਂ ਬਾਇਓਰੈਕਟਰਸ ਦੇ ਵਿੱਚ ਯੂਜ਼ ਕੀਤਾ ਜਾਂਦਾ ਕੋਈ ਵੀ ਇੱਕ, ਠੀਕ ਹੈ। ਇਹ ਪ੍ਰੋਪਰ ਕਲੀਅਰ ਹੈ ਜਾਂ ਕਹਿ ਲਓ ਕਿ ਪ੍ਰੋਪਰ ਮੈਂਸ਼ਨਡ ਹੁੰਦਾ ਵਾਈ ਆਪਾਂ ਸਪੈਸੀਫਿਕ ਟਾਈਪ ਆਫ ਸੀਲਸ ਹੀ ਯੂਜ਼ ਕਰਦੇ ਹਾਂ। ਸਾਡੀ ਹਮੇਸ਼ਾ ਪ੍ਰੈਫਰੈਂਸ ਇਹ ਹੁੰਦੀ ਹੈ ਕਿ ਸਾਡਾ ਜਿਹੜਾ ਵੈਸਲ ਹੈ ਉਸਦਾ ਜਿਹੜਾ ਇੰਟੀਰੀਅਰ ਹੈ ਜਾਂ ਇੰਟਰਨਲ ਸਰਫੇਸ ਹੈ ਉਹ ਐਜ਼ ਮੱਚ ਐਜ਼ ਪੋਸੀਬਲ ਸਮੂਥ ਇਨ ਨੇਚਰ ਹੋਵੇ, ਤਾਂ ਜੋ ਸਾਨੂੰ ਮਿਕਸਿੰਗ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ, ਸਾਡੀ ਪ੍ਰੋਸੈਸ ਹੈ ਉਹ ਜ਼ਿਆਦਾ ਸਮੂਥਲੀ ਰਨ ਹੋਵੇ, ਸਾਨੂੰ ਕੋਈ ਪ੍ਰੋਬਲਮ ਨਾ ਆਵੇ, ਪਲੱਸ ਕ੍ਰੋਸ ਕੰਟੈਮੀਨੇਸ਼ਨ ਦੇ ਚਾਂਸਿਸ ਘੱਟ ਹੋਣ। ਕਿਉਂ? ਕਿਉਂਕਿ ਜਿੰਨੇ ਜ਼ਿਆਦਾ ਜੁਆਇੰਟਸ ਹੋਣਗੇ ਜਦੋਂ ਅਸੀਂ ਉੱਥੇ ਮਿਕਸਿੰਗ ਕਰਾਂਗੇ, ਈਵਨ ਜਦੋਂ ਅਸੀਂ ਪ੍ਰੋਪਰ ਉਸਦੀ ਵਾਸ਼ਿੰਗ ਕਰਾਂਗੇ, ਸਟਰਲਾਈਜੇਸ਼ਨ ਕਰਾਂਗੇ, ਜਿੰਨੇ ਜ਼ਿਆਦਾ ਕੋਰਨਰਸ ਹੋਏ, ਜਿੰਨੇ ਜ਼ਿਆਦਾ ਲੂਪ ਹੋਲਸ ਹੋਏ ਸਾਡੇ ਵੈਸਲ ਦੇ ਵਿੱਚ, ਉਨੇ ਜ਼ਿਆਦਾ ਚਾਂਸਿਸ ਨੇ ਕਿ ਕਿਸੇ ਨਾ ਕਿਸੇ ਵੇ ਨਾਲ ਉੱਥੇ ਮੀਡੀਆ ਜਾਂ ਮਾਈਕਰੋ ਆਰਗੈਨਿਜ਼ਮ ਸਟੱਕ ਰਹਿ ਜਾਣ ਅਤੇ ਉਹ ਕ੍ਰੋਸ ਕੰਟੈਮੀਨੇਸ਼ਨ ਕਰ ਦੇਣ ਇਨ ਸੈਕਿੰਡ ਔਰ ਨੈਕਸਟ fermentation process. Next is temperature control, one of the most important probe in bioreactor, because jadon assi temperature di gal karde ha jehda sada vessel hai usde andar bahut tarah da temperature hai jehda oh paya janda hai ya heat hai jehdi oh produce hundi hai. For example, ik hoegi first heat generation due to the rate of microbial metabolism, ਠੀਕ ਹੈ, ਜੋ ਮਾਈਕਰੋ ਆਰਗੈਨਿਜ਼ਮਸ ਦਾ ਅੱਗੇ ਅੰਦਰ ਮੈਟਾਬੋਲਿਜ਼ਮ ਹੋ ਰਿਹਾ ਉਸ ਕਰਕੇ ਹੀਟ ਜਨਰੇਟ ਹੋ ਰਹੀ ਹੈ। ਸੈਕਿੰਡ ਇਜ਼ ਹੀਟ ਜਨਰੇਸ਼ਨ ਡਿਊ ਟੂ ਦਾ ਮਕੈਨੀਕਲ ਐਜੀਟੇਸ਼ਨ ਜਿਹੜੀ ਅਸੀਂ ਮਿਕਸਿੰਗ ਕਰ ਰਹੇ ਹਾਂ ਉਹਦੇ ਨਾਲ। ਦੈਨ ਹੀਟ ਜਨਰੇਸ਼ਨ ਡਿਊ ਟੂ ਦਾ ਏਰੀਏਸ਼ਨ ਜੋ ਅੰਦਰ ਅਸੀਂ ਪਾਰ ਇਨ ਟੂ ਇਨ ਏਅਰ ਅੰਦਰ ਪਾ ਰਹੇ ਹਾਂ ਉਸ ਕਰਕੇ ਹੀਟ ਜਨਰੇਸ਼ ਹੋ ਰਹੀ ਹੈ। ਨੈਕਸਟ ਇਜ਼ ਹੀਟ ਅਕਾਮੂਲੇਸ਼ਨ ਬਾਏ ਦਾ ਸਿਸਟਮ ਕਰਕੇ ਹੀਟ ਅਕਾਮੂਲੇਟ ਹੋ ਰਹੀ ਆ। ਦੈਨ ਹੀਟ ਟ੍ਰਾਂਸਫਰ ਰੇਟ ਟੂ ਦਾ ਸਰਾਊਂਡਿੰਗ ਐਂਡ ਦਾ ਹੀਟ ਐਕਸਚੇਂਜਰ। ਦੈਨ ਹੀਟ ਲੋਸ, ਦੇਖੋ ਜਿਹੜੀ ਅੰਦਰ ਬਣ ਰਹੀ ਹੈ ਹੀਟ ਉਹ ਤਿੰਨ ਤਰ੍ਹਾਂ ਦੀ ਆ। ਇੱਕ ਤਾਂ ਜੋ ਮਾਈਕਰੋਬਿਅਲ ਮੈਟਾਬੋਲਿਜ਼ਮ ਕਰਕੇ ਹੋਗੀ, ਐਜੀਟੇਸ਼ਨ ਕਰਕੇ ਹੋਗੀ, ਅਤੇ ਜਿਹੜੀ ਤੁਸੀਂ ਏਰੀਏਸ਼ਨ ਪਾਰ ਇਨਪੁੱਟ ਦੇ ਰਹੇ ਹੋ ਉਹਦੇ ਕਰਕੇ ਹੋਗੀ। ਅਤੇ ਲੋਸ ਕਿਹੜੀ ਹੋਏਗੀ? ਫਸਟ ਇਜ਼ ਹੀਟ ਅਕਾਮੂਲੇਸ਼ਨ, ਸੈਕਿੰਡ ਇਜ਼ ਹੀਟ ਟ੍ਰਾਂਸਫਰ ਜੋ ਹੀਟ ਐਕਸਚੇਂਜਰ ਕਰਕੇ ਹੋ ਰਹੀ ਆ, ਥਰਡ ਇਜ਼ ਹੀਟ ਲੋਸ ਬਾਏ ਇਵੈਪੋਰੇਸ਼ਨ, ਐਂਡ ਫੋਰਥ ਇਜ਼ ਹੀਟ ਆਫ ਸੈਂਸੀਬਲ ਇਨਥੈਲਪੀ ਗੇਨ ਬਾਏ ਦਾ ਫਲੋ ਸਿਸਟਮ। ਹੇਅਰ ਇਜ਼ ਦਾ ਪ੍ਰੋਪਰ ਇਕੁਏਸ਼ਨ, QM, Q stands for heat, MET stands for microbial metabolism, heat generation rate due to microbial metabolism. Next is QAG, heat generation rate due to mechanical agitation. Third is Q gas, heat generation rate due to aeration. These three is equals to heat accumulation, heat transfer to the surrounding, heat loss by evaporation, heat of sensible enthalpy. ਠੀਕ ਹੈ ਜੀ, ਜਦੋਂ ਅਸੀਂ ਇਸਨੂੰ ਰੀਅਰੇਂਜ ਕਰਦੇ ਹਾਂ ਤਾਂ ਐਕਚੁਅਲ ਦੇ ਵਿੱਚ ਹੀਟ ਜੋ ਹੈ ਐਕਸਚੇਂਜ ਸਾਡੇ ਕੋਲ ਜਿਹੜੀ ਬਚਦੀ ਹੈ, ਦੈਟ ਇਜ਼ ਇਕੁਅਲਸ ਟੂ QMET ਪਲੱਸ QAG ਪਲੱਸ Q ਗੈਸ ਮਾਈਨਸ QACC ਮਾਈਨਸ QSEN ਮਾਈਨਸ Q ਇਵੈਪੋਰੇਸ਼ਨ। QEXCH ਇਜ਼ ਦਾ ਹੀਟ ਵਿਚ ਵਿਲ ਹੈਵ ਟੂ ਰਿਮੂਵਡ ਬਾਏ ਦਾ ਕੂਲਿੰਗ ਸਿਸਟਮ। ਦੇਖੋ ਅਸੀਂ ਪਹਿਲਾਂ ਵੀ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ, ਕਨਫਿਊਜ਼ ਨਹੀਂ ਹੋਣਾ ਰਾਜੇ, ਬਹੁਤ ਸਿੰਪਲ ਜਿਹੀ ਗੱਲ ਹੈ। ਕਿਹੜੇ ਕਿਹੜੇ ਸੋਰਸਿਸ ਨੇ ਜਿਸ ਕਰਕੇ ਅੰਦਰ ਟੈਂਪਰੇਚਰ ਇਨਕਰੀਜ਼ ਹੋ ਰਿਹਾ? ਪਹਿਲਾਂ ਆਪਾਂ ਉਹ ਲਿਖਿਆ, ਮਤਲਬ ਉਹ ਸਾਰੀ ਹੀਟ ਐਡ ਅਪ ਹੋ ਜੂਗੀ, ਦੈਟ ਵਿਲ ਇਕੁਅਲ ਟੂ ਹੀਟ ਲੋਸ। ਹੀਟ ਲੋਸ ਕਿਸ ਕਿਸ ਰੀਜ਼ਨਸ ਕਰਕੇ ਹੋ ਰਹੀ ਆ? ਦੀਜ਼ ਆਰ ਫੋਰ ਡਿਫਰੈਂਟ ਰੀਜ਼ਨਸ, ਆਹ ਫੋਰ ਡਿਫਰੈਂਟ ਰੀਜ਼ਨਸ ਨੇ ਜਿਹਨਾਂ ਕਰਕੇ ਲੋਸ ਹੋ ਰਹੀ ਆ, ਆਹ ਫੋਰ ਡਿਫਰੈਂਟ ਰੀਜ਼ਨਸ ਨੇ ਜਿਹਨਾਂ ਕਰਕੇ ਅਕਮੂਲੇਟ ਹੋ ਰਹੀ ਜਾਂ ਬਣ ਰਹੀ ਆ ਅੰਦਰ। ਠੀਕ ਹੈ, ਸੋ ਜਦੋਂ ਜਿਹੜਾ ਨੈਟਸ਼ਲ ਸਾਡਾ ਨਿਕਲਣਾ ਹੈ, ਉਹ ਕੀ ਨਿਕਲਣਾ ਕਿ ਕਿੰਨੀ ਐਕਚੁਅਲ ਦੇ ਵਿੱਚ ਅੰਦਰ ਹੀਟ ਬਚਦੀ ਹੈ, ਜਿਸਨੂੰ ਸਾਨੂੰ ਸਪੈਸ਼ਲ ਐਫਰਟਸ ਕਰਕੇ ਕੂਲਿੰਗ ਸਿਸਟਮ ਦੇ ਥਰੂ ਡਾਊਨ ਕਰਨਾ ਪਊਗਾ ਅਕੋਰਡਿੰਗ ਟੂ ਆਰ ਰਿਕੁਆਇਰਮੈਂਟ ਔਰ ਟੂ ਅਚੀਵ ਆਰ ਸਪੈਸੀਫਿਕ ਟੈਂਪਰੇਚਰ। ਠੀਕ ਹੈ, ਸੋ ਇਹਦੇ 'ਚ ਆਪਾਂ ਪਲੱਸ ਔਰ ਮਾਈਨਸ ਕਰ ਦੇਣਾ, ਫਿਰ ਸਾਡੇ ਕੋਲ ਐਕਚੁਅਲ ਜਿਹੜੀ ਹੈ ਉਹ ਵੈਲਿਊ ਆ ਜੂਗੀ। ਠੀਕ ਹੈ, ਸੋ ਇੱਧਰ ਵੀ ਉਹਨੇ ਕੀ ਲਿਖਿਆ ਵਾ, ਕਿਊ ਇਜ਼ ਇਕੁਅਲਸ ਟੂ ਯੂ ਏ ਡੈਲਟਾ ਟੀ, ਏ ਇਜ਼ ਅ ਹੀਟ ਟ੍ਰਾਂਸਫਰ ਸਰਫੇਸ ਅਵੇਲੇਬਲ,
Q is heat transferred, U is the overall heat transfer coefficient, delta T is equals to temperature difference between heat or cooling system. ठीक है, this is the overall heat transfer. बस इतने तक कर लियो, बहुत है. ठीक है जी. Next is aeration and agitation. Agitators नूं असीं impellers भी बोलते हैं. ठीक है, इस baffles हुंदे हैं, spargers हुंदे हैं, stirrer gland हुंदी है. Impellers देखो तुसी पहला, अगर तुसी diagram थोड़ी याद होवे, impellers लगे हुंदे हैं. ठीक है, means जिहड़ी आ stirrer gland, एक जिहड़ी rod लगी हुंदी उहदे आले दुआले impellers या agitators लगे हुंदे आ जो मूव करदे आ. baffles साइड ते लगे हुंदे आ. sparger की है या aeration system जिथों हवा आनी है. ठीक है, these are different four types of agitators or impellers. चार तरह के impellers हुंदे. इहनां दा साइड व्यू है पिक्चर, यह टॉप व्यू. उपर तो अगर तुसी देखोगे तो इदां लगे कि एक रिंग दे उत्ते छे अलग अलग पार्ट्स लगे हुए हैं. ठीक है, ए बी टाइप है, सी टाइप है, डी टाइप है, जस्ट लाइक अ फैन. ठीक है जी.